ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੇ ਦਿਨ ਦੀਆਂ ਦੁਪਹਿਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰ ਲੈਨੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਵੱਡੀ ਖਬਰ ਪੰਜਾਬ ਚ ਆਯੂਸ਼ਮਾਨ ਯੋਜਨਾ ਤਹਿਤ ਮੁਫਤ ਇਲਾਜ ਹੋਇਆ ਬੰਦ ਜਾਣੋ ਕੀ ਹੈ ਕਾਰਨ ਦੋ ਮਹਿੰਗੀਆਂ ਕਾਰਾਂ ਤੇ ਕਰੋੜਾਂ ਦੀ ਜ਼ਮੀਨ ਦੇ ਮਾਲਕ ਹਨ ਭਗਵੰਤ ਮਾਨ ਕਿਰਾਏ ਦੇ ਮਕਾਨ ਚ ਰਹਿੰਦੇ ਹਨ ਆਪ ਸੀਐਮ ਫੇਸ ਬਲਬੀਰ ਰਾਜੇਵਾਲ ਨੇ ਮੋਹਟੇ ਦੀ ਤਰਫੋਂ ਕੀਤੇ ਇਹ ਤਿੰਨ ਵੱਡੇ ਐਲਾਨ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ ਖਾਤੇ ਚ ਆਉਣਗੇ 73000 440 ਰੁਪਏ ਜਾਣੋ ਪੂਰੀ ਡਿਟੇਲ 11 ਫਰਵਰੀ ਨੂੰ ਧਰਤੀ ਤੇ ਹੋ ਸਕਦੀ ਹੈ ਤਬਾਹੀ NASA ਨੇ ਜਾਰੀ ਕੀਤੀ ਚੇਤਾਵਨੀ ਜਾਣੋ ਪੂਰਾ ਮਾਮਲਾ ਚੋਣ ਕਮਿਸ਼ਨ ਦਾ ਵੱਡਾ ਫੈਸਲਾ 10 ਫਰਵਰੀ ਤੋਂ 7 ਮਾਰਚ ਤੱਕ ਐਗਜ਼ਿਟ ਪੋਲ ਤੇ ਲੱਗੀ پابੰਦੀ ਕਿਸਾਨਾਂ ਵੱਲੋਂ ਮੜਾ ਕੇਂਦਰ ਸਰਕਾਰ ਨੂੰ ਧਿਰਾਂ ਦੀ ਤਿਆਰੀ ਬਦਲੇਗਾ ਮੌਸਮ ਦਿੱਲੀ ਸਿਮਟ ਕੇ ਸਵੇਰ ਚ ਬਾਰਿਸ਼ ਦਾ ਅਲਰਟ ਪੰਜਾਬ ਚ ਕਰੋਨਾ ਦਾ ਕਹਿਰ 24 ਘੰਟਿਆਂ ਚ 31 ਮੌਤਾ 13 ਦੇ 387 ਲੋਕਾਂ ਤੋੜਿਆ ਦਾਮਾ 1 ਫਰਵਰੀ ਤੋਂ SBI, PNB ਅਤੇ BOB ਚ ਬਦਲਣਗੇ ਇਹ ਨਿਯਮ ਜਾਨਨ ਲਈ ਦੇਖੋ ਪੂਰੀ ਖਬਰ ਤਾਂ ਦੋਸਤੋ ਇਸ ਇੰਗ ਆਪਣੀਆਂ ਸਵੇਰ ਦੀਆਂ ਚੋਣਵੀਆ ਖਬਰਾਂ ਦੋਸਤੋ ਹੁਣ ਗੱਲਬਾਤ ਕਰਾਂਗੇ ਜੀ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਕਿਰਪਾ ਕਰਕੇ ਆਪਣੀਆਂ ਖਬਰਾਂ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਦੋਸਤੋ ਫਿਰ ਤੁਹਾਨੂੰ ਜਿਹੜੀਆਂ ਸਾਰੀਆਂ ਖਬਰਾਂ ਦੀ ਸਮਝ ਆਵੇਗੀ ਤੇ ਨਾਲ ਹੀ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਗੱਲ ਕਰਦੇ ਹਾਂ ਜੀ ਪਹਿਲੀ ਖਬਰ ਦੀ ਕਿ ਵੱਡੀ ਖਬਰ ਪੰਜਾਬ ਵਿੱਚ ਆਯੁਸ਼ਮਾਨ ਯੋਜਨਾ ਤਹਿਤ ਮੁਫਤ ਇਲਾਜ ਹੋਇਆ ਬੰਦ ਜਾਣੋ ਕੀ ਹੈ ਕਾਰਨ ਦੋਸਤੋ ਪੰਜਾਬ ਵਿੱਚ ਆਯੁਸ਼ਮਾਨ ਭਾਰਤ ਸਰਬੱਤ ਦਾ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਮੁਫਤ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਜੀ ਇਸ ਯੋਜਨਾ ਤਹਿਤ ਹੋਣ ਵਾਲਾ ਮੁਫਤ ਇਲਾਜ ਬੰਦ ਹੋ ਗਿਆ ਹੈ ਜਾਣਕਾਰੀ ਮੁਤਾਬਕ ਸਰਕਾਰ ਅਤੇ ਬੀਮਾ ਕੰਪਨੀ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਸੂਬੇ ਦੇ ਸਿਹਤ ਵਿਭਾਗ ਨੇ ਇਸ ਪੁਰਾਣੀ ਕੰਪਨੀ ਨੂੰ ਯੋਜਨਾ ਤੋਂ ਬਾਹਰ ਕਰ ਦਿੱਤਾ ਹੈ ਸਿਹਤ ਵਿਭਾਗ ਵੱਲੋਂ ਨਵੀਂ ਬੀਮਾ ਕੰਪਨੀ ਚੋਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੰਪਨੀ ਨੇ ਵੀ ਕਲੇਮ ਦੇ ਤੋ ਹਸਪਤਾਲਾਂ ਨੂੰ ਨਾ ਕਰ ਦਿੱਤੀ ਹੈ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪੁਰਾਣੀ ਬੀਮਾ ਕੰਪਨੀ ਨੂੰ ਸੂਬੇ ਦੇ ਨਿੱਜੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਯੋਜਨਾ ਤਹਿਤ ਹੋਣ ਵਾਲੇ ਇਲਾਜ ਦਾ ਕਲੇਮ ਕਰਨ ਦੇ ਹੁਕਮ ਦਿੱਤੇ ਸਨ ਇਸ ਤੋਂ ਬਾਅਦ ਕੰਪਨੀ ਨੇ 2 ਦਿਨ ਪਹਿਲਾਂ ਇੱਕ ਈਮੇਲ ਭੇਜ ਕੇ ਦੱਸਿਆ ਕਿ ਸੂਬੇ 'ਚ ਆਯੂਸ਼ਮ ਹਨੀ ਜੋ ਨਾ ਤਾਂ ਤੋਂ ਹੋਣ ਵਾਲੇ ਇਲਾਜ ਦਾ ਕਲੇਮ ਉਹਨਾਂ ਦੀ ਕੰਪਨੀ ਵੱਲੋਂ ਨਹੀਂ ਦਿੱਤਾ ਜਾਵੇਗਾ ਇਸ ਈਮੇਲ ਤੋਂ ਬਾਅਦ ਸੂਬੇ ਦੇ ਸਾਰੇ ਨਿੱਜੀ ਹਸਪਤਾਲਾਂ 'ਚ ਹੜਕੰਪ ਮਚ ਗਿਆ ਦੋ ਮਹਿੰਗੀਆਂ ਕਾਰਾਂ ਤੇ ਕਰੋੜਾਂ ਦੀ ਜ਼ਮੀਨ ਦੇ ਮਾਲਕ ਹਨ ਭਗਵੰਤ ਮਾਨ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ ਆਪ ਸੀਐਮ ਫੇਸ ਦੋਸਤੋ ਪੰਜਾਬ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਜਾਇਦਾਦ 1.97 ਕਰੋੜ ਰੁਪਏ ਦੱਸੀ ਹੈ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸ਼ਨੀਵਾਰ ਨੂੰ ਪੰਜਾਬ ਦੀ ਧੂਰੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਭਗਵੰਤ ਮਾਨ ਨਾਲ ਉਹਨਾਂ ਦੇ ਮਾਤਾ ਹਰਪਾਲ ਕੌਰ ਮੌਜੂਦ ਹੈ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਮਾਂ ਤੋਂ ਆਸ਼ੀਰਵਾਦ ਲਿਆ ਤੇ ਮਾਂ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਉਹਨਾਂ ਨਾਮਜ਼ਦਗੀ ਦੇ ਦੌਰਾਨ ਆਪਣੇ ਹਲਫਨਾਮੇ 'ਚ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਵੇਰਵਾ ਦਿੱਤਾ ਹੈ ਮਾਨਕੋਲ ਤਿੰਨ ਗੱਡੀਆਂ ਤੋਂ ਇਲਾਵਾ ਕਰੋੜਾ ਰੁਪਏ ਦੀ ਜ਼ਮੀਨ ਦੀ ਹੈਰਾਨੀ ਦੀ ਗੱਲ ਇਹ ਹੈ ਕਿ ਆਪ ਦੇ ਸੀਐਮ ਫੇਸ ਮਾਨ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਨੇ ਮਾਨ ਨੇ ਦੱਸਿਆ ਕਿ ਇਸ ਸਾਲ 2020 ਕਿਉਂ ਜਣ ਉਹਨਾਂ ਦੀ ਕੁੱਲ ਕਮਾਈ 18.34 ਲੱਖ ਸੀ ਮਾਨ ਕੋਲ ਸੰਗਰੂਰ ਵਿੱਚ 1.12 ਕਰੋੜ ਰੁਪਏ ਦੀ ਵਾਹੀਯੋਗ ਜ਼ਮੀਨ ਹੈ ਜਦੋਂ ਕਿ ਪਟਿਆਲਾ ਵਿੱਚ 37 ਲੱਖ ਰੁਪਏ ਦੀ ਕਮਰਸ਼ੀਅਲ ਜਾਇਦਾਦ ਹੈ ਦੱਸ ਦੇ ਕਿ ਹਾਲ ਹੀ ਵਿੱਚ ਜਲੰਧਰ ਨੇ ਫਿਲਾਰਚ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭਗਵਾਨਤ ਮਾਨ ਦੀ ਖੂਬ ਤਾਰੀਫ਼ ਕੀਤੀ ਸੀ ਅਤੇ ਉਹਨਾਂ ਨੂੰ ਬੇਹਦ ਇਮਾਨਦਾਰ ਦੱਸਿਆ ਸੀ ਬਲਬੀਰ ਰਾਜੇਵਾਲ ਨੇ ਮੋਰਚੇ ਦੀ ਤਰਫ ਕੀਤੇ ਇਹ ਤਿੰਨ ਵੱਡੇ ਐਲਾਨ ਦੋਸਤੋ ਸੰਯੁਕਤ ਮੋਰਚੇ ਦੇ ਆਗੂ ਬਲਬੀਰ ਰਾਜੇਵਾਲ ਨੇ ਮੋਰਚੇ ਦੀ ਤਰਫੋਂ ਤਿੰਨ ਵੱਡੇ ਐਲਾਨ ਕੀਤੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਿਸਾਬ ਕਿਤਾਬ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਪਾਲ ਨੂੰ ਮਜਬੂਰ ਕੀਤਾ ਜਾਵੇਗਾ ਦੂਜਾ ਵੱਡਾ ਐਲਾਨ ਉਹਨਾਂ ਨੇ ਪੰਜਾਬ ਦੇ ਕਰਿਆਨਾ ਵਰਗੇ ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਲਈ ਕੀਤਾ ਹੈਗਾ ਉਹਨਾਂ ਨੇ ਕਿਹਾ ਹੈ ਕਿ ਛੋਟੇ ਦੁਕਾਨਦਾਰਾਂ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਚਲਾ ਰਹੇ ਨੇ ਉਹ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਨੇ ਅਜਿਹੇ ਚ ਦੁਕਾਨਦਾਰਾਂ ਤੋਂ ਬਿਜਲੀ ਦੇ ਨਾਲ ਕਮਰਸ਼ੀਅਲ ਰੇਟ ਤੇ ਵਸੂਲੀਆਂ ਜਾਂਦੀਆਂ ਨੇ ਜੇਕਰ ਸਾਂਝਾ ਮੋਹਟਾ ਦੀ ਸਰਕਾਰ ਬਣਦੀਏ ਤਾਂ ਉਹਨਾਂ ਤੋਂ ਘਰੇਲੂ ਦਰਾਂ ਤੇ ਹੀ ਬਿਜਲੀ ਦੇ ਰੇਟ ਵਸੂਲੇ ਜਾਣਗੇ ਤੀਜਾ ਵੱਡਾ ਐਲਾਨ ਕਿਸਾਨਾਂ ਨੂੰ ਲੈ ਕੇ ਹੋਇਆ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਸਹਿਕਾਰੀ ਬੈਂਕਾਂ ਤੋਂ ਫਸਲੀ ਕਰਜ਼ਾ ਲੈ ਕੇ ਸਮੇਂ ਸਿਰ ਕਰਜ਼ਾ ਮੋੜਦੇ ਨੇ ਉਹਨਾਂ ਤੋਂ ਕੋਈ ਵਿਆਜ ਨਹੀਂ ਲਿਆ ਜਾਵੇਗਾ ਉਹਨਾਂ ਨੂੰ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਰਤੀ ਕਿਸਾਨ ਯੂਨੀਅਨ 31 ਜੂਨ ਨੂੰ ਹੋਣ ਵਾਲੇ ਧਰਨੇ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰੇਗੀ। ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ ਖਾਤੇ 'ਚ ਆਉਣਗੇ 73440 ਰੁਪਏ ਦੇਖੋ ਪੂਰੀ ਡਿਟੇਲ। ਦੋਸਤੋ ਕੇਂਦਰ ਸਰਕਾਰ ਦੇ ਕਰਮਚਾਰੀ ਲਈ ਖੁਸ਼ਖਬਰੀ ਹੈ ਜੀ ਜਨਵਰੀ 2022 ਵਿੱਚ ਇੱਕ ਵਾਰ ਫਿਰ ਮਹਿੰਗੀ ਮਹंगाई ਭੱਤਾ ਵਧਣ ਜਾ ਰਿਹਾ ਹੈ ਕੇਂਦਰ ਸਰਕਾਰ ਜਲਦ ਹੀ ਕਰਮਚਾਰੀ ਤਰਖਾ ਵਿੱਚ ਵਾਅਦਾ ਕਰ ਸਕਦੀ ਹੈ ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਕਿ ਵਧੇ ਹੋਏ ਮਹंगाई ਭੱਤੇ ਦਾ ਐਲਾਨ ਜਨਵਰੀ 2022 ਵਿੱਚ ਕਰਦੋ ਕੀਤਾ ਜਾਵੇਗਾ ਵੀਡੀਓ ਰਿਪੋਰਟਾ ਬਤਾਉ ਕਿ ਇਸ ਮੇਨ ਆ ਸਾਲ ਮਹंगाई ਭੱਤੇ ਤਕਰੀਬਨ 30% ਦਾ ਵਾਅਦਾ ਹੋ ਸਕਦਾ ਹੈ ਜੀ ਮੌਜੂਦਾ ਸਮੇਂ 'ਚ ਮਲਾਈਮਾਨੀ 31% ਦੀ ਦਰ ਨਾਲ ਡੀਏ ਜੇਕਰ ਇਸ ਤੇ 3% ਦਾ ਵਾਅਦਾ ਕੀਤਾ ਜਾਂਦਾ ਤਾਂ ਤੁਹਾਨੂੰ 34 ਫੀਸਦੀ ਦੇ ਦਰ ਨਾਲ ਮਹਿੰਗਾਈ ਪੱਤਾ ਮਿਲੇਗਾ ਮਹਾਰਮਤਾਕ ਮਹਿੰਗਾਈ ਪੱਤੇ 'ਚ 3 ਫੀਸਦੀ ਦਾ ਵਾਅਦਾ ਹੋ ਸਕਦਾ ਇਸ ਤੋਂ ਬਾਅਦ ਡੀਏ ਵਧ ਕੇ 34 ਫੀਸਦੀ ਹੋ ਜਾਵੇਗਾ ਏਆਈ ਸੀਪੀਆਈ ਦੇ ਅੰਕੜਿਆਂ ਮੁਤਾਬਕ ਨਵੰਬਰ 2021 ਤੱਕ ਦੇ ਅੰਕੜੇ ਜਾਰੀ ਕੀਤੇ ਗਏ ਅਧਾਰ 'ਤੇ ਅਨੁਸਾਰ ਡੀਏ ਵਿੱਚ 3 ਫੀਸਦੀ ਦਾ ਵਾਅਦਾ ਹੋਣਾ ਲਾਜ਼ਮੀ ਹੈ ਕਿੰਨਾ ਡੀਏ ਮਿਲੇਗਾ ਇਸ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਮਹਿੰਗਾਈ ਭੱਤੇ ਵਿੱਚ 3 ਫੀਸਦੀ ਵਾਅਦਾ ਹੁੰਦਾ ਜਾਰੀ ਡੀਏ 34 ਫੀਸਦੀ ਹੋ ਜਿਆਦਾ ਤਾਂ ਅਜਿਹੀ ਸਥਿਤੀ ਵਿੱਚ ਜਿੱਨਾ ਕਰਮਚਾਰੀ ਦੀ ਬੇਸਿਕ ਤਨਖਾਹ 18000 ਰੁਪਏ ਹੈ ਉਹਨਾਂ ਨੂੰ ਡੀਏ 73440 ਰੁਪਏ ਸਾਲਾਨਾ ਮਿਲੇਗਾ ਮੰਨਿਆ ਜਾ ਰਿਹਾ ਹੈ ਕਿ ਸਰਕਾਰ 18 ਮਹੀਨੇ ਤੋਂ ਬਕਾਇਆ ਪਈ ਡੀਏ ਦੀ ਰਕਮ ਜਲਦੀ ਹੀ ਬਹਾਲ ਕਰ ਸਕਦੀ ਹੈ 11 ਫਰਵਰੀ ਤੋਂ ਧਾਰਤੀ ਤੇ ਹੋ ਸਕਦੀ ਹੈ ਤਬਾਹੀ ਨਾ ਸਣੇ ਜਾਰੀ ਕੀਤੀ ਚੇਤਾਵਨੀ ਜਾਣੋ ਪੂਰਾ ਮਾਮਲਾ ਭਾਵੇਂ ਸਾਰ ਧਰਤੀ ਲਈ ਸਭ ਤੋਂ ਵੱਡਾ ਸੰਕਟ ਬਣਿਆ ਹੋਇਆ ਜੀ ਪਰ NASA ਦੇ ਵਿਗਿਆਨੀ ਨੇ ਅਜਿਹੇ ਖਤਰੇ ਬਾਰੇ ਚੇਤਾਵਨੀ ਦਿੱਤੀ ਹੈ ਜਿਸ ਨੂੰ ਸੁਣ ਕੇ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ NASA ਨੇ ਕਿਹਾ ਹੈ ਕਿ 11 ਫਰਵਰੀ ਨੂੰ ਇੱਕ ਐਸਟਰੋਇਡ ਧਰਤੀ ਤੇ ਬਹੁਤ ਨੇੜੇ ਤੋਂ ਲੰਘੇਗਾ ਤੇ ਜੇਕਰ ਇਹ ਗ੍ਰਹਿ ਧਰਤੀ ਦਾ ਟਕਰਾਅ ਜਾਂਦਾ ਹੈ ਤਾਂ ਵੱਡੀ ਤਬਾਹੀ ਹੋ ਸਕਦੀ ਹੈ ਦੱਸਦੇ ਕਿ ਧਰਤੀ ਨੂੰ ਹਰ ਰੋਜ਼ ਪਲਾਟ ਤੋਂ ਡਿੱਗਣ ਵਾਲੇ ਕਈ ਐਸਟਰਾਇਡ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਵਿੱਚੋਂ ਕਈ ਐਸਟਰਾਇਡ ਧਰਤੀ ਦੇ ਬਹੁਤ ਨੇੜੇ ਲੰਘਦੇ ਹਨ ਕਈ ਸਮੁੰਦਰ ਵਿੱਚ ਡਿੱਗ ਜਾਂਦੇ ਨੇ ਪਰ ਜੇਕਰ ਕੋਈ ਵਿਸ਼ਾਲ ਐਸਟਰਾਇਡ ਸਮੁੰਦਰ ਦੀ بجائے ਜ਼ਮੀਨ ਤੇ ਡਿੱਗਦਾ ਤਾਂ ਉਹ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਚੋਣ ਕਮਿਸ਼ਨ ਦਾ ਵੱਡਾ ਫੈਸਲਾ 10 ਫਰਵਰੀ ਤੋਂ 7 ਮਾਰਚ ਤੱਕ ਐਗਜ਼ਿਟ ਪੋਲ ਤੇ ਲੱਗੀ پابੰਦੀ ਦੋਸਤੋ ਚੋਣ ਕਮਿਸ਼ਨ ਨੇ 10 ਫਰਵਰੀ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਸ਼ਾਮ 6:30 ਵਜੇ ਤੱਕ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧ ਸਾਰੇ ਐਗਜ਼ਿਟ ਪੋਲ ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਕੋਈ ਵੀ ਵਿਅਕਤੀ ਕੋਈ ਐਗਜ਼ਿਟ ਪੋਲ ਨਹੀਂ ਕਰਵਾਏਗਾ ਤੇ ਨਾ ਹੀ ਕਿਸੇ ਐਗਜ਼ਿਟ ਪੋਲ ਦੇ ਨਤੀਜੇ ਨੂੰ ਪ੍ਰਿੰਟ ਜਾਂ ਕਿਸੇ ਹੋਰ ਤਰੀਕੇ ਨਾਲ ਪ੍ਰਕਾਸ਼ਿਤ ਜਾਂ ਜਾਂ ਜਦ ਤੱਕ ਨਹੀਂ ਕਰੇਗਾ ਇਸ ਵਿੱਚ ਹੋਏ ਵੀ ਕਿਹਾ ਗਿਆ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 2 ਸਾਲ ਤੱਕ ਦੀ ਮਿਆਦ ਲਈ ਜੇਲ੍ਹ ਜਾਂ ਜੁਰਮਾਨਾ ਜਾਂ ਦੋਵਾਂ ਨਾਲ ਸਜ਼ਾ ਦਿੱਤੀ ਜਾ ਸਕਦੀ ਹੈ ਕਿਸਾਨਾਂ ਵੱਲੋਂ ਮੋਰ ਕੇਂਦਰ ਸਰਕਾਰ ਨੂੰ ਘੇਰਣ ਦੀ ਤਿਆਰੀ ਦੋਸਤੋ ਕੇਂਦਰ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਕਿ ਕਿਸਾਨਾਂ ਦੀਆਂ ਲੜਕੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੇ ਕੀਤੇ ਵਾਅਦੇ ਤੋਂ ਬਾਅਦ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਕਿਸਾਨ ਅੰਦੋਲਨ ਖਤਮ ਹੋ ਗਿਆ ਜੀ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਿਹਾ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿ 31 ਜਨਵਰੀ ਦਾ ਦਿਨ ਦੇਸ਼ ਭਰ ਵਿੱਚ ਵਿਸ਼ਵਾਸ ਘਾਤ ਦਿਵਸ ਵਜੋਂ ਮਨਾਇਆ ਜਾਵੇਗਾ ਤੇ ਦਿਲੇ ਤੇ ਤਹਿਸੀਲ ਪੱਧਰ ਤੇ ਵੱਡੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਨੇ ਮੋਰਚੇ ਨਾਲ ਜੁੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀਆਂ ਤਿਆਰੀਆਂ ਵਿੱਚ ਜੋਟੀਆਂ ਹੋਈਆਂ ਨੇ ਮੋਰਚੇ ਨੇ ਉਮੀਦ ਜਤਾਈ ਹੈ ਕਿ ਇਹ ਪ੍ਰੋਗਰਾਮ ਦੇਸ਼ ਦੇ ਘੱਟੋ-ਘੱਟ 500 ਜ਼ਿਲ੍ਹਿਆਂ ਵਿੱਚ ਕਰਵਾਇਆ ਜਾਵੇਗਾ ਉਤਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਨੇ ਕਿਹਾ ਹੈ ਕਿ ਦਿੱਲੀ ਦੀਆਂ ਹਦਾਂ ਤੇ ਕਿਸਾਨ ਸੰਘਰਸ਼ਦਾਰ ਉਠੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਿੱਚ ਉਹ ਕੇਂਦਰ ਸਰਕਾਰ ਖਿਲਾਫ ਸੰਘਰਸ਼ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਬਦਲੇਗਾ ਮੌਸਮ ਦਿੱਲੀ ਸਮੇਤ ਕਈ ਸੂਬਿਆਂ 'ਚ بارش ਦਾ ਅਲਰਟ ਦੋਸਤੋ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਕਾਰ ਰਾਜਧਾਨੀ ਦਿੱਲੀ ਸਮੇਤ ਕਈ ਇਲਾਕਿਆਂ 'ਚ ਠੰਡ ਦਾ ਕਹਿਰ ਹੁਣ ਰੁਕੰਦਾ ਨਾਮ ਨੇ ਲੈ ਰਿਹਾ ਹੈ ਇਸ ਦੌਰਾਨ ਮੌਸਮ ਵਿਭਾਗ ਆਈਐਮਡੀ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਅਗਲੇ 24 ਘੰਟਿਆਂ ਦੇ ਦੌਰਾਨ ਦਿੱਲੀ ਸਮੇਤ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਉੱਤਰੀ ਭਾਰਤ ਵਿੱਚ ਠੀਤ ਲਹਿਰ ਦੇ ਹਾਲਾਤ ਜਾਰੀ ਰਹਿਣਗੇ ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਉੱਤਰਾਖੰਡ ਬਿਹਾਰ ਅਤੇ ਝਾਰਖੰਡ ਦੇ ਕਈ ਇਲਾਕਿਆਂ 'ਚ ਸੰਗਠਿਤਾਂ ਦਾ ਛਾਈ ਹੋਈ ਹੈ ਤੰਦਕਨ ਆਸਮਾਨ ਵਿੱਚ ਵਿਜ਼ਿਬਿਲਟੀ ਬਹੁਤ ਘੱਟ ਜੇਕਰ ਮੌਸਮ ਭਗ ਦੀ ਮੰਨੀਏ ਤਾਂ ਅਗਲੇ 3-4 ਦਿਨ ਪੰਜਾਬ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 15 ਤੋਂ 25 ਕਿਲੋਮੀਟਰ ਪ੍ਰਤੀ ਘਟਾ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਆਈਐਮਡੀ ਮੁਤਾਬਕ 2 ਫਰਵਰੀ ਤੋਂ ਦਿੱਲੀ ਵਿੱਚ ਵਾਤਵਾਤ ਆਮਨ ਵਧਣ ਦੀ ਸੰਭਾਵਨਾ ਪੂਰਨ ਮਾਨ ਦੱਸਿਆ ਗਿਆ ਕਿ 2 ਫਰਵਰੀ ਨੂੰ ਅਚੰਕ ਤੌਰ ਤੇ ਬੱਦਲਵਾਈ ਤੇ 3 ਤੇ 4 ਫਰਵਰੀ ਨੂੰ ਹਲਕੀ ਬਾਰਿਸ਼ ਨਾਲ ਅਚੰਕ ਤੌਰ ਤੇ ਬੱਦਲ ਛਾਏ ਰਹਿਣਗੇ ਪੰਜਾਬ ਚ ਕਰੋਨਾ ਦਾ ਕਹਿਰ 24 ਘੰਟਿਆਂ ਵਿੱਚ 31 ਮੌਤਾਂ ਤੇ 13 ਦਿਨਾਂ ਵਿੱਚ 387 ਲੋਕਾਂ ਤੋੜਿਆ ਦਮ ਪੰਜਾਬ ਚ ਹਾਲਾਂਕਿ ਕਰੋਨੇ ਦਾ ਫਫਤਾਰ ਮੱਠੀ ਪੈਣੀ ਸ਼ੁਰੂ ਹੋ ਗਈ ਹੈ ਪਰ ਮੌਤਾਂ ਨੂੰ ਰੋਕਣ ਵਿੱਚ ناکਾਮੀ ਦਿਖਾਈ ਦੇ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਯਾਨੀ ਸ਼ੁੱਕਰਵਾਰ ਨੂੰ ਦੁਬਾਰਾ 31 ਮਰੀਜ਼ਾਂ ਨੇ ਕਰੋਨਾ ਕਾਰਨ ਦਮ ਤੋੜ ਦਿੱਤਾ ਤੇ ਪੰਜਾਬ ਵਿੱਚ ਮੌਤਾਂ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਸਿਰਫ 13 ਦਿਨਾਂ ਵਿੱਚ 387 ਲੋਕ ਕਰੋਨਾ ਕਾਰਨ ਜਾਣ ਗਵਾ ਚੁੱਕੇ ਨੇ ਇਸ ਨਾਲ ਹੀ 1545 ਮਰੀਜ਼ ਲਾਈਫ ਸੇਵਿੰਗ ਸਪੋਰਟ ਤੇ ਨੇ 1 ਫਰਵਰੀ ਤੋਂ SBI, PNB ਅਤੇ BOB ਚ ਬਦਲਣਗੇ ਇਹ ਨਿਯਮ ਜਾਣਨ ਲਈ ਦੇਖੋ ਪੂਰੀ ਖਬਰ ਦੋਸਤੋ ਇਸ ਵੇਲੇ ਦੀ ਲਾਸਟ ਖਬਰ ਹੈ ਜੀ ਕਿ ਸਟੇਟ ਬੈਂਕ ਆਫ ਇੰਡੀਆ ਜਾਨਕੀ SBI, ਪੰਜਾਬ ਨੈਸ਼ਨਲ ਬੈਂਕ ਜਾਨਕੀ PNB, ਬੈਂਕ ਆਫ ਬੜੋਦਾ BOB ਦੇ ਗਾਕਾ ਲਈ ਇੱਕ ਅਹਿਮ ਖਬਰ ਹੈ ਦਰਸਲ ਇਹਨਾਂ ਸਾਰੇ ਬੈਂਕਾਂ ਨਾਲ ਜੁੜੇ ਜ਼ਰੂਰੀ ਨਿਯਮ ਬਦਲਣ ਜਾ ਰਹੇ ਨੇ ਤਾਜ਼ਾ ਜਾਣਕਾਰੀ ਮਤਾ ਕਿ ਇਹ ਨਿਯਮ ਬੈਂਕ ਖਾਤਾ ਧਾਰਕ ਲਈ 1 ਫਰਵਰੀ 2022 ਤੋਂ ਲਾਗੂ ਹੋਣਗੇ ਬੈਂਕ ਨੇ ਕਈ ਵਾਰ ਆਪਣੇ ਖਾਤਾ ਧਾਰਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ ਬੈਂਕ ਆਫ ਬਰੋਡਾ ਦੇ ਜਿਹੜੇ ਨਿਯਮਾਂ 'ਚ ਬਦਲਾਅ ਹੋਣਗੇ ਦੱਸ ਦਿੰਦੇ ਆਂ ਜੀ ਕਿ 1 ਫਰਵਰੀ ਤੋਂ ਬੈਂਕ ਆਫ ਬਰੋਡਾ ਚੈੱਕ ਕਲੀਅਰੈਂਸ ਨਿਯਮ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਿਹਾ ਹੈ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 1 ਫਰਵਰੀ ਤੋਂ ਚੈੱਕ ਪੇਮੈਂਟ ਲਈ ਗਾਕਾ ਨੂੰ ਪੋਜ਼ਿਟਿਵ ਪੇ ਸਿਸਟਮ ਦਾ ਪਾਲਣ ਕਰਨਾ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਹੁਣ ਗਾਕਾ ਨੂੰ ਚੈੱਕ ਜਾਰੀ ਕਰਨ ਤੋਂ ਬਾਅਦ ਉਸ ਚੈੱਕ ਨਾਲ ਜੁੜੀ ਜਾਣਕਾਰੀ ਬੈਂਕ ਨੂੰ ਭੇਜਣੀ ਹੋਵੇਗੀ ਜੇਕਰ ਤੁਸੀਂ ਚੈੱਕ ਜਾਰੀ ਕੀਤਾ ਤੇ ਇਸ ਦੀ ਸੂਚਨਾ ਨਹੀਂ ਦਿੱਤੀ ਤਾਂ ਤੁਹਾਡਾ ਚੈੱਕ ਵਾਪਸ ਭੇਜਿਆ ਜਾ ਸਕਦਾ ਹੈ ਭਾਵ ਇਹ ਕੈਸ਼ ਹੋ ਨਹੀਂ ਕੀਤਾ ਜਾ ਸਕੇਗਾ ਪੰਜਾਬ ਨੈਸ਼ਨਲ ਬੈਂਕ ਦੇ ਨਿਯਮਾਂ ਜਿਹੜਾ ਬਦਲਾਅ ਹੋਇਆ ਉਸ ਬਾਰੇ ਦੱਸ ਦਿੰਦੇ ਹਾਂ ਜੀ ਕਿ ਪੰਜਾਬ ਨੈਸ਼ਨਲ ਬੈਂਕ ਵੀ ਇੱਕ ਨਿਯਮ ਬਦਲਣ ਜਾ ਰਿਹਾ ਹੈ ਇੱਕ ਫਾਰਵੀ ਤੋਂ ਜੇਕਰ ਤੁਹਾਡੀ ਕਿਸੇ ਵੀ ਕਿਸ਼ਤ ਜਾਂ ਨਿਵੇਸ਼ ਦਾ ਡੈਬਿਟ ਫੇਲ ਹੋ ਜਾਂਦਾ ਤਾਂ ਇਸ ਦਾ ਕਾਰਨ ਇਹ ਕਿ ਤੁਹਾਡੇ ਖਾਤੇ ਵਿੱਚ ਕੋਈ ਪੈਸਾ ਨਹੀਂ ਹੈ ਤੇ ਤੁਹਾਨੂੰ ਬਹੁਤ ਮਹਿੰਗਾ ਪਵੇਗਾ ਇਸ ਲਈ ਤੁਹਾਨੂੰ 250 ਰੁਪਏ ਫੀਸ ਦੇਣੀ ਹੋਵੇਗੀ ਹੋਂ ਤੱਕ ਇਸ ਲਈ ਸਿਰਫ 100 ਰੁਪਏ ਦੀ ਫੀਸ ਲਈ ਜਾਂਦੀ ਸੀ ਤਾਂ ਇਸ ਤੋਂ ਇਲਾਵਾ ਜੇਕਰ ਤੁਸੀਂ ਡਿਮਾਂਡ ਡਰਾਫਟ ਨੂੰ ਰੱਦ ਜਾਂ ਰਦ ਕਰਦੇ ਹੋ ਤਾਂ ਹੁਣ 100 ਦੀ ਬਜਾਏ 150 ਰੁਪਏ ਦੇਣੇ ਹੋਣਗੇ ਸਟੇਟ ਬੈਂਕ ਆਫ ਇੰਡੀਆ ਨੇ ਜਿਹੜੇ ਨਵੇਂ ਬਦਲੇ ਉਸ ਬਾਰੇ ਦੱਸ ਦਿੰਦੇ ਆ ਜੀ ਕਿ ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਐਸ ਬੀ ਆਈ ਦੇ ਗਾਹਕ ਹੋ ਤਾਂ ਤੁਹਾਨੂੰ ਪੈਸੇ ਟਰਾਂਸਫਰ ਕਰਨਾ ਮਹਿੰਗਾ ਪੈ ਜਾਵੇਗਾ ਜੀ ਐਸ ਬੀ ਆਈ ਦੀ ਵੈਬਸਾਈਟ ਦੇ ਅਨੁਸਾਰ ਬੈਂਕ ਨੇ 1 ਫਰਵਰੀ 2022 ਤੋਂ ਪ੍ਰਭਾਵੀ ਆਈ ਆਈ ਐਮ ਪੀ ਐਸ ਟ੍ਰਾਂਜੈਕਸ਼ਨਾਂ ਵਿੱਚ ਇੱਕ ਨਵਾਂ ਸਲੈਬ ਜੋੜਿਆ ਹੈ ਜੋ ਕਿ 2 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਹੈ ਤੇ ਅਗਲੇ ਮਹੀਨੇ ਦਾ 2 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਬੈਂਕ ਦਾ ਸ਼ਾਖਾ ਤੋਂ ਆਈਐਮਪੀ ਅਸਲ ਆਹੀ ਭੇਜ ਪੈਸੇ ਭੇਜਣ ਤੇ ਫੀਸ 20 ਰੁਪਏ ਅਤੇ ਜੀਐਸਟੀ ਲੱਗੇਗਾ ਤਾਂ ਦੋਸਤੋ ਇਸੇ ਨਾਲ ਹੀ ਆਪਣੀਆਂ ਅੱਜ ਦੁਪਹਿਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਦੋਸਤੋ ਸਤਿ ਸ਼੍ਰੀ ਅਕਾਲ ਧੰਨਵਾਦ की तुसी, परेशान हो ती संपर्क करो गुरु मां जानकी देवी जी ने अठानवे एक सौ इकवंजा उन्नीस दो सो चुरंजा घर बैठे पाओ हर परेशानी, परेशानी जिम्मे तो प्रेम प्रेमी प्रेमिका नु दुश्मन तो छुटकारा विदेश यात्रा प्यार च रुकावट औलाद सुख नौकरी कारोबार च रुकावट गेट एक्स लव बैक इन योर लाइफ प्यार च तो खा, खा चुके प्रेमी प्रेमिका एक बार जरूर संपर्क करो मैं तो प्यार टूट नहीं देवगी इट्स माई प्रोमिस